ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। BJP ਵੱਲੋਂ ਪੰਜਾਬ ਦੇ ਵਿੱਚ ਮੈਂਬਰਸ਼ਿਪ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਇਹਦੇ ਤਹਿਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ BJP ਦੇ ਵਿੱਚ ਸ਼ਾਮਲ ਕੀਤਾ ਜਾਣਾ ਹੈ, ਯਾਨੀ ਕਿ ਮੈਂਬਰਸ਼ਿਪ ਉਹਨਾਂ ਨੂੰ ਮਿਲ ਜਾਣੀ ਆ। ਇਸ ਮੁਹਿੰਮ ਨੂੰ ਲੈ ਕੇ ਅਤੇ ਭਾਜਪਾ ਦੀ ਕਾਰਗੁਜ਼ਾਰੀ ਨੂੰ ਲੈ ਕੇ ਨੀਲ ਗਰਗ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਨੇ। ਹਿੰਦੀ ਦੇ ਇੱਕ ਵੱਡੇ ਅਖਬਾਰ ਦੇ ਵਿੱਚ BJP ਦੇ ਮੈਂਬਰਸ਼ਿਪ ਅਭਿਆਨ ਬਾਰੇ ਵੱਡੀ ਖਬਰ ਛਪੀ ਹੈ ਤੇ ਉਹਦੇ ਵਿੱਚ ਜਿਵੇਂ ਟੀਚਾ 30 ਲੱਖ ਦਾ ਮਿੱਥਿਆ ਗਿਆ ਸੀ, ਮਹਿਜ 10% ਵੀ ਜਿਹੜੀ ਹੈ ਉਹ ਟੀਚਾ ਪੂਰਾ ਨਹੀਂ ਹੋਇਆ। ਕਾਰਨ ਬੜਾ ਸਪਸ਼ਟ ਆ, ਜਿਹੜੇ ਪੰਜਾਬੀ ਹੈ ਉਹ BJP ਦੀ ਵੰਡ ਪਾਉ ਰਾਜਨੀਤੀ ਨੂੰ ਪਸੰਦ ਨਹੀਂ ਕਰਦੇ ਔਰ BJP ਦੀ ਜਿਹੜੀ ਕਹਿਣੀ ਅਤੇ ਕਥਨੀ ਦੇ ਵਿੱਚ ਅੰਤਰ ਹੈ ਉਹ ਲੋਕਾਂ ਨੂੰ ਬਾਖੂਬੀ ਪਤਾ ਹੈ। ਅੱਜ BJP ਨਾ ਕੇਵਲ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਬਲਕਿ ਅਸੀਂ ਦੇਖਿਆ ਉਹ ਵਪਾਰੀਆਂ ਨੂੰ ਵੀ ਉਨਾ ਹੀ ਪਰੇਸ਼ਾਨ ਕਰਦੀ ਹੈ, ਚਾਹੇ ਉਹ ਆੜ੍ਹਤੀ ਹੋਣ ਚਾਹੇ ਉਹ ਸ਼ੈਲਰ ਮਾਲਕ ਹੋਣ। ਜਿਸ ਤਰੀਕੇ ਦਾ ਉਹਨਾਂ ਨੇ ਸਕੰਜਾ ਉਹਨਾਂ ਦੀ ਵਾਹ ਮਰੋੜੀ, ਇਸ ਨੂੰ ਕਿਸੇ ਨੇ ਜਿਹੜਾ ਹੈਗਾ ਉਹ ਲਾਇਕ ਕਦੇ ਕੀਤਾ ਹੀ ਨਹੀਂ ਹੈ। ਔਰ BJP ਪੰਜਾਬ ਜਿਹੜੀ ਯੂਨਿਟ ਹੈ ਇਹਨੇ ਕਦੇ ਪੰਜਾਬ ਦੇ ਪੱਖ ਦੇ ਵਿੱਚ ਸਟੈਂਡ ਲਿਆ ਹੀ ਨਹੀਂ। ਅੱਜ ਪੰਜਾਬ ਦੇ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਉਹ ਇਸ ਕਰਕੇ ਰੁਕੇ ਹੋਏ ਨੇ ਕਿ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਜਿਹੜੇ ਹੈ ਉਹ ਬਹੁਤ ਸਾਰੇ ਫੰਡ ਰੋਕੇ ਹੋਏ ਨੇ। ਪਰ BJP ਨੇ ਤਾਂ ਸਿਰਫ ਆਪਣੀ ਮੈਂਬਰਸ਼ਿਪ ਦੇ ਉੱਤੇ ਹੀ ਫੋਕਸ ਕੀਤਾ ਹੋਇਆ ਸੀ। ਔਰ ਤੁਸੀਂ ਦੇਖੋ BJP ਆਪਣੇ ਆਪ ਨੂੰ ਕਹਿੰਦੀ ਹੈ ਵੀ ਖਾਸ ਕਰਕੇ ਜਿਹੜਾ ਸ਼ਹਿਰੀ ਇਲਾਕਾ ਉੱਥੇ ਬੜੀ ਮਜ਼ਬੂਤ ਆ। ਆ ਹੁਣੇ ਤੁਸੀਂ ਦੇਖੋ ਵਿਧਾਨ ਸਭਾ ਅੱਗੇ ਜਿਮਨੀ ਚੋਣਾਂ ਹੋ ਕੇ ਹਟੀਆਂ ਨੇ, ਚੱਬੇਵਾਲ ਨੂੰ ਜੇ ਆਪਾਂ ਛੱਡ ਵੀ ਦਈਏ ਉਹ ਪੇਂਡੂ ਖੇਤਰ ਹੈ, ਉੱਥੇ ਕੋਈ ਕਮੇਟੀ ਨਹੀਂ ਹੈਗੀ ਹੈ। ਜੇ ਅਸੀਂ ਡੇਰਾ ਬਾਬਾ ਨਾਨਕ ਦੇ ਵਿੱਚ ਸ਼ਹਿਰੀ ਖੇਤਰ 'ਚ ਕਿੰਨੀ ਵੋਟ ਪਈ ਹੈ, ਮਹਿਜ 4%। ਗਿੱਦੜਵਾਹਾ ਦੇ ਵਿੱਚ ਜਿੱਥੇ ਇਹਨਾਂ ਦਾ ਬਹੁਤ ਵੱਡਾ ਚਿਹਰਾ ਉਤਾਰਿਆ ਸੀ, ਸ਼ਹਿਰ ਦੇ ਵਿੱਚ ਕਿੰਨੀ ਵੋਟ ਪਈ ਹੈ, ਮਹਿਜ 5%। ਹਾਂ, ਬਰਨਾਲਾ ਦੇ ਵਿੱਚ ਉਹ ਵੀ ਵੋਟ ਜਿਹੜੀ ਹੈ ਉੱਥੋਂ ਦਾ ਜਿਹੜਾ ਉਮੀਦਵਾਰ ਸੀ ਉਹਦੇ ਆਪਣੇ ਰਸੂਖ ਕਾਰਨ ਪਈ ਹੈ, ਉੱਥੇ ਵੀ ਸ਼ਹਿਰ ਦੇ ਵਿੱਚ ਜਿਹੜੀ ਵੋਟ ਬੜੀ ਘੱਟ ਪਈ ਹੈ। ਔਰ ਹੁਣੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਾਰਪੋਰੇਸ਼ਨ ਦੇ ਇਲੈਕਸ਼ਨ ਵੀ ਹੋਣੇ ਨੇ, ਉੱਥੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਫੇਰ ਹੋ ਜਾਣਾ ਹੈਗਾ। ਉਹ ਇਹ ਜਿਹੜਾ ਹੈਗਾ ਮਤਲਬ ਖਿਆਲੀ ਅਵਾਰ ਜਿਹੜੇ ਹੈ ਉਹ ਉਸਾਰੇ ਹੋਏ ਨੇ, ਜਿਹੜੇ ਹੈ ਉਹ ਫਿਰ ਢਹਿ ਢੇਰੀ ਹੋ ਜਾਣੇ ਹੈ। ਸੁਨੀਲ ਜਾਖੜ ਜੀ ਜਿਹੜੇ ਕਿ ਪਹਿਲਾਂ ਅਸਤੀਫਾ ਹੀ ਦੇ ਚੁੱਕੇ ਹੈ, ਅੱਜ BJP ਵੈਸੇ ਵੀ ਪ੍ਰਧਾਨਲੈਸ ਪਾਰਟੀ ਹੈ ਪੰਜਾਬ ਦੇ ਵਿੱਚ, ਉਹਨਾਂ ਦੀ ਇੱਕ ਗੱਲ ਦੇ ਨਾਲ ਮੈਂ ਬੜਾ ਸਹਿਮਤ ਹਾਂ ਕਿ ਜਿਹੜਾ BJP ਨੂੰ ਪੰਜਾਬ ਦੇ ਪ੍ਰਤੀ ਆਪਣਾ ਨਜ਼ਰੀਆ ਤਬਦੀਲ ਕਰਨ ਦੀ ਲੋੜ ਹੈ, ਨਜ਼ਾਰੇ ਆਪਣੇ ਆਪ ਤਬਦੀਲ ਹੋ ਜਾਣਗੇ। ਸੋ ਮੈਂ ਸਮਝਦਾ ਜਿਹੜੇ ਪੰਜਾਬੀਆਂ ਦਾ ਟੈਂਪਰਾਮੈਂਟ ਹੈਗਾ ਉਹ ਬਿਲਕੁਲ ਉਹਨਾਂ ਲੋਕਾਂ ਦੇ ਨਾਲ ਹਮੇਸ਼ਾ ਹੁੰਦਾ ਜੋ ਪੰਜਾਬੀਆਂ ਦੇ ਨਾਲ ਖੜਦੇ ਆ, ਪੰਜਾਬੀਆਂ ਦੇ ਹਿੱਤਾਂ ਦੀ ਗੱਲ ਕਰਦੇ ਆ, ਪੰਜਾਬੀਆਂ ਦੇ ਵਿੱਚ ਭਾਈਚਾਰੇ ਦੀ ਸਾਂਝ ਨੂੰ ਵਧਾਉਂਦੇ ਆ, ਨਾ ਕਿ ਨਫ਼ਰਤ ਦੇ ਬੀਜ ਬੀਜ। ਨੀਲ ਗਰਗ ਦਾ ਕਹਿਣਾ ਹੈ ਕਿ ਭਾਜਪਾ ਦੀ ਕਹਿਣੀ ਅਤੇ ਕਰਨੀ ਦੇ ਵਿੱਚ ਅੰਤਰ ਹੈ, ਲੋਕਾਂ ਨੂੰ ਇਹ ਸਮਝਣਾ ਪਵੇਗਾ। ਅਤੇ ਹੋਰ ਵੀ ਕਈ ਤਰ੍ਹਾਂ ਦੇ ਨਿਸ਼ਾਨੇ ਨੀਲ ਗਰਗ ਨੇ ਭਾਜਪਾ ਦੇ ਉੱਤੇ ਸਾਧ ਦਿੱਤੇ ਨੇ। ਵੈਸੇ ਭਾਜਪਾ ਦੇ ਵਿੱਚ ਵੀ ਪੰਜਾਬ ਦੇ ਵਿੱਚ ਜੋ ਨੇ ਉਹ ਸਵਾਲ ਖੜ੍ਹੇ ਹੋਏ ਨੇ, ਕਿਉਂਕਿ ਸੁਨੀਲ ਜਾਖੜ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਨੇ, ਉਹਨਾਂ ਨੇ ਕਈ ਸਮਾਗਮਾਂ ਤੋਂ ਮੀਟਿੰਗਾਂ ਤੋਂ ਦੂਰੀ ਬਣਾਈ ਹੋਈ ਹੈ। ਅਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਜਪਾ ਦੇ ਨਾਲ, ਹਾਲਾਂਕਿ ਵੋਟ ਬੈਂਕ ਥੋੜ੍ਹਾ ਮਜ਼ਬੂਤ ਹੁੰਦਾ ਨਜ਼ਰ ਆ ਰਿਹਾ। ਜ਼ਿਮਨੀ ਚੋਣਾਂ ਦੇ ਵਿੱਚ ਵੀ ਬਰਨਾਲੇ ਵਾਲੇ ਪਾਸੇ ਕਾਫੀ ਵੋਟਾਂ ਕੇਵਲ ਸਿੰਘ ਢਿੱਲੋਂ ਦੇ ਹਿੱਸੇ ਆ ਗਈਆਂ ਸਨ, ਬਾਕੀ ਥਾਵਾਂ ਦੇ ਉੱਤੇ ਜ਼ਮਾਨਤਾਂ ਜ਼ਬਤ ਹੋਣ ਵਾਲੀ ਗੱਲ ਆ ਗਈ ਸੀਗੀ। ਤਾਂ ਕੁੱਲ ਮਿਲਾ ਕੇ ਹੁਣ ਭਾਜਪਾ ਪੰਜਾਬ ਦੇ ਵਿੱਚ ਆਪਣੀਆਂ ਜੜ੍ਹਾਂ ਜਮਾਉਣਾ ਚਾਹੁੰਦੀ ਹੈ ਅਤੇ ਲੀਡਰ ਇਹਨਾਂ ਦੇ ਨੇ ਜਿਹੜੇ ਪੰਜਾਬ ਦੇ ਉਹ ਦਾਅਵਾ ਕਰ ਚੁੱਕੇ ਨੇ ਕਿ ਅਸੀਂ 2027 ਦੇ ਵਿੱਚ ਭਾਜਪਾ ਦੀ ਸਰਕਾਰ ਬਣਾ ਸਕਦੇ ਹਾਂ। ਹੁਣ ਦੇਖਣਾ ਹੋਵੇਗਾ ਕਿ ਨੀਲ ਗਰਗ ਹੋਰਾਂ ਨੂੰ ਭਾਜਪਾ ਦੇ ਨੁਮਾਇੰਦੇ ਕੀ ਜਵਾਬ ਦਿੰਦੇ ਨੇ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ,
ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਹੈ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।